ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦਿਆਂ ਨੂੰ ਝੂਠ ਦੀ ਪੰਡ ਦੱਸਿਆ। ਉਹਨਾਂ ਕਿਹਾ ਕਿ ਸਿੱਧੂ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਧੂ ਤਾਂ ਰਾਧੇ ਮਾਂ ਦਾ ਚੇਲਾ ਹੈ ਜੋ ਕਿ ਉਹਨਾਂ ਦੀ ਸਰਕਾਰ ਆਉਣ 'ਤੇ 3 ਰੁਪਏ ਬਿਜਲੀ ਦੇਣ ਦੀ ਗੱਲ ਕਰਦਾ ਹੈ। ਹੁਣ ਵੀ ਤਾਂ ਉਹਨਾਂ ਦੀ ਹੀ ਸਰਕਾਰ ਹੈ। ਉਹ ਲੋਕਾਂ ਨੂੰ ਦੱਸੇ ਕਿ ਵਾਅਦੇ ਇਸ ਵੇਲੇ ਚੱਲ ਰਹੀ ਮੌਜੂਦਾ ਕਾਂਗਰਸ ਸਰਕਾਰ ਪੂਰਾ ਕਿਉਂ ਨਹੀਂ ਕਰ ਸਕਦੀ ਹੈ। ਅੱਗੇ ਉਹਨਾਂ ਕਿਹਾ ਕਿ ਸਾਨੂੰ ਅੰਦਰ ਕਰਨ ਦੀਆਂ ਗੱਲਾਂ ਕਰਦਾ ਹੈ, ਭਾਵੇਂ ਦੂਜਾ ਜਨਮ ਵੀ ਲੈ ਲਵੇ, ਜਦ ਤੱਕ ਪਰਮਾਤਮਾ ਸਾਡੇ ਨਾਲ ਹੈ ਸਾਡਾ ਕੁਝ ਨਹੀਂ ਵਿਗਾੜ ਸਕਦਾ, ਪਰ ਇਸ ਨੂੰ ਸਮਾਂ ਆਉਣ 'ਤੇ ਸਬਕ ਜ਼ਰੂਰ ਸਿਖਾਇਆ ਜਾਵੇਗਾ। ਉਹਨਾਂ ਕਿਹਾ ਕਿ ਸਿੱਧੂ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਉਹੀ ਵਿਅਕਤੀ ਹੈ ਜੋ ਕਦੇ ਕਹਿੰਦਾ ਹੁੰਦਾ ਸੀ ਕਿ ਭਾਵੇਂ ਤੁਸੀਂ ਸਾਡੇ ਚੰਮ ਦੀਆਂ ਜੁੱਤੀਆਂ ਬਣਾ ਕੇ ਪਾ ਲਵੋ। 2016 ਤੱਕ ਸਭ ਠੀਕ ਹੀ ਲੱਗਦਾ ਸੀ, ਪਰ ਜਦੋਂ ਇਸਨੇ ਸਰਕਾਰ ਬਦਲੀ ਤਾਂ ਇਸਨੂੰ ਸਭ ਗਲਤ ਲੱਗਣ ਲੱਗ ਪਿਆ। ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਕਾਂਗਰਸ ਨੂੰ ਮੁੰਨੀ ਨਾਲੋਂ ਵੱਧ ਬਦਨਾਮ ਕਹਿੰਦਾ ਸੀ, ਹੁਣ ਉਸੇ ਪਾਰਟੀ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ। ਅਜਿਹੇ ਵਿਅਕਤੀ 'ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਵੀ ਇਹ ਪੁੱਛਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵਾਅਦੇ ਉਦੋਂ ਕਿਉਂ ਨਹੀਂ ਪੂਰੇ ਕੀਤੇ ਜਦੋਂ ਉਹ 2.5 ਸਾਲ ਤੱਕ ਮੰਤਰੀ ਰਹੇ, ਯਾਨੀ ਕਿ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ ਉਹਨਾਂ ਦੇ ਹਿੱਸੇ ਆਇਆ ਸੀ। ਉਹਨਾਂ ਕਿਹਾ ਕਿ ਘਰ ਘਰ ਨੌਕਰੀ ਅਤੇ ਕਿਸਾਨਾਂ ਦੇ ਲਈ ਪੂਰੀ ਤਰ੍ਹਾਂ ਕਰਜ਼ਾ ਮਾਫ਼ੀ ਕਿੱਥੇ ਹੈ? ਉਹਨਾਂ ਕਿਹਾ ਕਿ ਹੁਣ ਸਿੱਧੂ ਜਾਲੀ ਅਤੇ ਝੂਠੇ ਵਾਅਦਿਆਂ ਦੀ ਇੱਕ ਹੋਰ ਪੰਡ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਸਕਸ ਥਰੋ 'ਚ ਦੇਸ਼ ਦਾ ਨਾਮ ਚਮਕਾਉਣ ਵਾਲੀ ਧੀ ਕਮਲਪ੍ਰੀਤ ਕੌਰ ਦੇ ਪਿੰਡ ਕਬਰਵਾਲਾ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਕਮਲਪ੍ਰੀਤ ਕੌਰ ਅਤੇ ਉਸਦੀ ਕੋਚ ਨੂੰ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਅਤੇ ਕਮਲਪ੍ਰੀਤ ਨੂੰ ਖੇਡ ਪ੍ਰਤੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ। ਉਹਨਾਂ ਵੱਲੋਂ ਆਪਣੇ ਫੰਡ ਵਿੱਚੋਂ ਪਿੰਡ ਕਬਰਵਾਲਾ ਨੂੰ 10 ਲੱਖ ਰੁਪਏ ਵੀ ਦਿੱਤੇ ਗਏ ਨੇ। ਕਮਲਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋ 'ਚ ਭਾਵੇਂ ਤਮਗਾ ਤਾਂ ਨਹੀਂ ਦਿੱਤਾ, ਪਰ 6ਵੇਂ ਸਥਾਨ 'ਤੇ ਰਹਿ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਬੀਤੇ ਦਿਨੀ ਮੋਹਾਲੀ ਵਿਖੇ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ੍ਰੀ ਮੁਕਤਸਰ ਸਾਹਿਬ ਵਿਖੇ ਵਿੱਕੀ ਮਿੱਡੂ ਖੇੜਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਰਾਜਸੀ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ ਹੈ। ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ, ਜੋ ਕਿ ਉਹਨਾਂ ਦੀ ਤਸਵੀਰ ਵੇਖ ਕੇ ਭਾਵੁਕ ਹੋ ਗਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਬਾਦਲ ਪਰਿਵਾਰ ਦੀ ਮਿੱਡੂ ਖੇੜਾ ਪਰਿਵਾਰ ਨਾਲ ਪੁਰਾਣੀ ਯਾਦ ਨੂੰ ਸਾਂਝਾ ਕੀਤਾ, ਉੱਥੇ ਉਹਨਾਂ ਨੇ ਵਿੱਕੀ ਮਿੱਡੂ ਖੇੜਾ ਉਹ ਨੌਜਵਾਨ ਹੈ ਜਿਸਨੇ ਹਾਲੇ ਬਹੁਤ ਤਰੱਕੀ ਕਰਨੀ ਸੀ। ਉਹਨਾਂ ਕਿਹਾ ਕਿ ਵਿੱਕੀ ਮਿੱਡੂ ਖੇੜਾ ਦੇ ਕਾਤਲ ਜਲਦ ਹੀ ਕਾਬੂ ਕੀਤੇ ਜਾਣਗੇ, ਇਸ ਲਈ ਉਹ ਲਗਾਤਾਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਨੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਇਹਨਾਂ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਕਾਬੂ ਕੀਤਾ ਜਾਵੇਗਾ। ਉਹ ਵਿੱਕੀ ਦੇ ਨਾਲ ਬਿਤਾਏ ਹੋਏ ਦਿਨਾਂ ਨੂੰ ਵੀ ਯਾਦ ਕਰਦੇ ਹੋਏ ਭਾਵੁਕ ਹੋ ਗਏ ਅਤੇ ਇਸ ਦੇ ਇਲਾਵਾ ਉਹਨਾਂ ਨੇ ਫੇਸਬੁੱਕ 'ਤੇ ਵੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਇਸ ਅਸਹਿ ਦੁੱਖ 'ਚ ਪੂਰਾ ਸ਼੍ਰੋਮਣੀ ਅਕਾਲੀ ਦਲ ਮਿੱਡੂ ਖੇੜਾ ਪਰਿਵਾਰ ਦੇ ਨਾਲ ਹੈ। ਅਸੀਂ ਸਾਰੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਉਹ ਉਸ ਦੀ ਰੂਹ ਨੂੰ ਚਰਨੀ ਲਗਾਉਣ। ਜ਼ਿਕਰਯੋਗ ਕਿ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SOI ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂ ਖੇੜਾ ਦਾ ਅਣਪਛਾਤੇ ਵਿਅਕਤੀਆਂ ਵੱਲੋਂ 7 ਅਗਸਤ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਮਿੱਡੂ ਖੇੜਾ ਨੂੰ ਲਗਭਗ 11 ਦੇ ਕਰੀਬ ਗੋਲੀਆਂ ਲੱਗੀਆਂ ਨੇ ਅਤੇ 10 ਗੋਲੀਆਂ ਉਸਦੇ ਸਰੀਰ ਦੇ ਆਰ ਪਾਰ ਹੋ ਗਈਆਂ, ਜਦਕਿ 2 ਗੋਲੀਆਂ ਪੋਸਟਮਾਰਟਮ ਦੌਰਾਨ ਬਰਾਮਦ ਹੋਈਆਂ ਨੇ। 3 ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਨੇ। ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੰਜਾਬ ਅਤੇ ਹਰਿਆਣਾ ਦੇ ਕਲਾਕਾਰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਟਿੱਕਰੀ ਸਰਹੱਦ 'ਤੇ ਪਹੁੰਚੇ ਅਤੇ ਇਨਕਲਾਬੀ ਲਹਿਰ ਨਾਂ ਦਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਰਾਹੀਂ ਪੂਰੇ ਹਰਿਆਣੇ ਅਤੇ ਪੰਜਾਬ ਦੇ ਕਲਾਕਾਰਾਂ ਨੇ
किसान अंदोलन नूं अपना समर्थन दिता। प्रोग्राम दे विच प्रदर्शन करदे हुए कलाकार राजवीर जवंदा नूं पता लग्या कि उसके पिता दुनिया ते नहीं रहे, उन्हां दा देहांत हो गया, फिर भी वह अपने गीतां राहीं किसानां नूं उत्साहित करदे रहे ते समारोह च विघन नहीं पैण दिता। अपने प्रोग्राम की कारगुजारी देने तों बाद राजवीर तुरंत पंजाब च अपने घर चले गए। जान लग्या भी उन्हें किसी नूं नहीं दस्सिया कि उन्हां दे पिता इस संसार नूं छड्ड गए ने। राजवीर जवंदा ने अपनी पेशकारी दौरान स्टेज तो बहादुर दे रस भरे गाने भी पेश किए। बाद विच पंजाबी गायक कंवर गरेवाल ने स्टेज राही लोगों दस्सिया कि राजवीर के पिता का देहांत हो गया। उदाहरण दिंदा ने यह कहा कि ना जानते हुए भी अंदोलन च किन्ने मापियां दे पुत्रां ने अपन जाना गवाईया ने, ना जानते हुए भी इस अंदोलन च किन्ने पितावान ने अपन जाना गवाईया ने, पर केंद्र च बैठी सरकार किसानों दीयां मंगा नहीं मन रही है। सोनीपत की कुंडली सिंगू बॉर्डर से तीन खेतीबाड़ी कानूनों नूं वापस लैण दी मंग नूं लैके धरने ते बैठे किसानों ने आजादी दिवस से तिरंगा झंडा लहराया ते कहा कि सरकार उन्हां दीयां मंगा नहीं मन्नेगी तद तक उन्हां दा अंदोलन जारी रहेगा। सिंगू बॉर्डर से किसान और सबका फौजी मंच से इकट्ठे हुए तिरंगा झंडा लहराया और देश भगती के नारे भी लगाए गए। मौके पर मौजूद सबका सूबेदार जयप्रकाश मिश्रा ने दसिया कि असी सारे सबका फौजियों के नाल हाँ। किसान से इतने 75वां आजाद दिवस मनाया गया, इतने झंडा भी लहराया गया। किसान अपन लगातार मंगा नूं लैके विरोध प्रदर्शन कर रहे हैं, जब तक सरकार उन्होंने मंगा पूरिया नहीं करती ये लगातार अंदोलन इस तरह जारी रहेगा। अफगानिस्तान च तालिबान की दहशत नाल जुड़ी एक वड्डी खबर सामने आई है। तालिबान की राजधानी काबुल च पैर रखदिया अफगान सरकार ने गोडे टेक दिते ने ते शांतिपूर्ण ढंग नाल सत्ता तालिबान के हवाले करन दा फैसला किया गया है। तालिबान लड़ाकियों ने सोमवार को अफगानिस्तान की राजधानी काबुल च दाखिल होना शुरू किया। इस दौरान काबुल के बाहर वड्डी गिनती च तालिबान लड़ाकू मौजूद ने ते काबुल के आसमान दे विच धुआं ते धमाकियां की आवाज़ भी सुनी गई। इत्थे फौज के हैलीकॉप्टर काबुल के आकाश में घूम रहे ते काबुल जाने वाले रस्तियां ते तालिबान का कब्जा भी हो गया है। ਇਹ ਸਨ ਹੁਣ ਤੱਕ ਦੀਆਂ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM। ਸਤਿ ਸ਼੍ਰੀ ਅਕਾਲ। मैं क्या सुनियो, चलो आज बाहर दा खाना खवा लिया ये तानू। छड़ो जी रहन दियो तुसी, न्यूजीलैंड दे खाने विच पंजाब वाला स्वाद कित्थों लबना है। ओ तू फिकर ना कर गुरनाम करे, इत्थे न्यूजीलैंड ची मिलेगा स्वाद पंजाब वाला रेस्टोरेंट ते जिथे लगदा न्यूजीलैंड्स बिगेस्ट इंडियन बुफे विद 8200 आइटम्स, कमाल दीयां डिशेस ओ वी रीजनेबल प्राइस च, पैकिंग कराओ ते भावे बैठ के खाओ। प्राइवेट पार्टी दे लई हॉल भी है, 40-50 गेस्ट दे लई, सिर्फ इन्ना ही नहीं 200 तक दी कैपेसिटी वाला हॉल भी Friendly and experienced staff. So, तुसी भी पंजाब वाला स्वाद लेने लई अज ही आओ पंजाब वाला रेस्टोरेंट। Call 034-201-130.